लीक करो, फेमस हो, बिग बॉस जाओ, हर बात तो भाई फैलाई इन्हों ने आ ਜਿਹੜੇ ਮਸੀਹੇ ਬਣਦੇ ਆ ਮੈਨੂੰ ਤਾਂ ਪਤਾ ਨੀ ਵੀ ਕਿੰਨੀਆਂ ਕੁ ਵੀਡੀਓ ਬਣ ਗਈਆਂ। ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਚੈਨਲ ਦਾ ਨਾਮ ਹੈਗਾ ਡੂਬਰੋ ਵਲੌਗ, DUBRO। ਤੇ ਜਿਹੜੇ ਮਿੱਤਰ ਪਿਆਰੇ ਜਾਂ ਨਵੇਂ ਜੁੜਦੇ ਆ ਤੇ ਉਹ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਥੋੜ੍ਹੀ ਸਪੋਰਟ ਕਰ ਦੇਣ ਐਜ ਹਨਾ ਐਜ਼ ਏ ਮਤਲਬ ਆਪਦੇ ਛੋਟੇ ਭਰਾ ਸਮਝ ਕੇ ਜਾਂ ਵੱਡੇ ਭਰਾ ਸਮਝ ਕੇ ਹਨਾ ਭਾਈ ਆਪਾਂ ਨੂੰ ਸਿੱਖ ਲੈਣੇ ਚਾਹੀਦੇ ਵਾਲ ਕੱਟਣੇ। ਵਾਲ ਕੱਟਣੇ ਹਨਾ ਆਪਦਾ ਹੁਣ ਕੰਮ ਆ ਤੇ ਉਹ ਤੇ ਬੰਦਾ ਸਿੱਖ ਲਵੇ ਵਧੀਆ ਗਾ। ਹਾਂ ਤੇ ਕੱਲ ਨੂੰ ਦੁਕਾਨ ਖੋਲ੍ਹ ਕੇ ਤਾਂ ਬਹਿਣਦਾ। ਆਹੋ ਤੇ ਅੱਜ ਹੈਗਾ ਵਰਲਡ ਕੱਪ ਦਾ ਫਾਈਨਲ। ਓਹੋ ਮੈਂ ਹੁਣ ਵੈਸੇ ਚੱਲਿਆ ਮਤਲਬ ਦਾ ਵਾਲ ਬੂਲ ਜੇ ਕਟਾਉਣ ਚੱਲਿਆ ਵਾਂ, ਗਰੂਮਿੰਗ ਸ਼ਰੂਮਿੰਗ ਕਰਾਉਣ ਚੱਲਿਆ ਮੈਂ। ਕੋਈ ਦੇਖ ਲਈ ਇੱਥੇ ਕੋਈ ਵਧੀਆ ਸਲੂਨ ਅਗਰ ਹੋਇਆ ਨੇੜੇ। ਤੇ ਅੱਜ ਵਰਲਡ ਕੱਪ ਦਾ ਫਾਈਨਲ ਆ, ਫਾਈਨਲ ਸ਼ਾਈਨਲ ਆਪਾਂ ਘਰੇ ਬਹਿ ਕੇ ਦੇਖਣ ਦਾ ਅਰੇਂਜਮੈਂਟ ਆ, ਜਾਂ ਸਾਨੂੰ ਕੋਈ ਵਧੀਆ ਓਕੇਜ਼ਨ ਦਾ ਮਿਲ ਜਾਣਾ ਇਨਫੋਰਮੇਸ਼ਨ ਵੀ ਇੱਥੇ ਚੱਲਣਾ ਵਾ ਸਪੈਸ਼ਲ ਕੈਫੇ 'ਤੇ ਜਾਂ ਕਿਸੇ 'ਤੇ ਵੀ, ਅਸੀਂ ਉੱਥੇ ਜਾ ਕੇ ਵੀ ਦੇਖਣ ਨੂੰ ਰੈਡੀ ਹਾਂ। ਲੇਕਿਨ ਅਸੀਂ ਕੱਲ੍ਹ ਸਰਚ ਕੀਤਾ ਗੂਗਲ 'ਤੇ, ਸਾਨੂੰ ਮਿਲਿਆ ਨਹੀਂ ਹੈਗਾ ਕੋਈ ਓਕੇਜ਼ਨ, ਸਾਨੂੰ ਕੋਈ ਐਡਰੈਸ ਮਿਲਿਆ ਨਹੀਂ ਹੈਗਾ। ਖੜੀ ਰਹਿੰਦੀ ਅੰਦਰ ਪਾਰਕਿੰਗ ਦੇ, ਉਹ ਸਮੈਲ ਆਉਂਦੀ। ਗੱਲ ਹੈਗੀ ਏਦਾਂ ਵਲੌਗ ਆਪਾਂ ਅਪਲੋਡ ਕਰਦਾ ਕਰਨ ਔਜਲੇ ਦਾ ਵੀ ਦੁਬਈ 'ਚ ਆਇਆ ਵਾ, ਬਾਈ ਆ ਆਪਣਾ ਸਿੰਗਰ ਆ, ਸਟਾਰ ਆ ਆਪਣੇ ਲਈ, ਉਹ ਬੰਦਾ ਮਿਹਨਤਾਂ ਕਰਕੇ ਬੰਦਾ ਇੱਥੇ ਤੱਕ ਪਹੁੰਚਦਾ ਵਾ ਹਨਾ। ਅਤੇ ਉਹਦੇ ਵਿੱਚ ਜਸਟ ਸਾਡਾ ਪੁਆਇੰਟ ਆਫ ਵਿਊ ਆ, ਕਿਸੇ ਨੂੰ ਦਿਲ 'ਤੇ ਲਾਉਣ ਦੀ ਲੋੜ ਨਹੀਂ ਹੈਗੀ ਗੱਲ ਹਨਾ, ਕਿਸੇ ਨੂੰ ਦੁੱਖ ਲੱਗੇ ਜਾਂ ਕੁਛ ਵੀ। ਅਤੇ ਸਾਨੂੰ ਲੱਗਿਆ ਵੀ ਇੱਦਾਂ ਹੋ ਸਕਦਾ, ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਆ ਹਨਾ, ਅਤੇ ਉਹ ਅਸੀਂ ਰੱਖਿਆ ਮੂਹਰੇ। ਅਤੇ ਬਾਕੀ ਰਹੀ ਕੁੱਲੜ ਪੀਜ਼ੇ ਵਾਲਿਆਂ ਦੀ ਗੱਲ, ਕੁੱਲੜ ਪੀਜ਼ੇ ਵਾਲਿਆਂ ਦੇ ਵੀ ਉਹਨਾਂ ਨੂੰ ਵੀ ਹੌਸਲਾ ਬਜਾਈ ਆ, ਚਲੋ ਉਹਨਾਂ ਨੇ ਕੰਮ ਬੈਕ ਕੀਤਾ ਵਾ ਬੜੇ ਮਾੜੇ ਟਾਈਮ 'ਚੋਂ ਆ ਕੇ, ਅਤੇ ਵਧੀਆ ਗੱਲ ਆ, ਸਪੋਰਟ ਕਰਨੀ ਚਾਹੀਦੀ ਆ ਲੋਕਾਂ ਨੂੰ। ਹਾਲਾਂਕਿ ਇਹਨੂੰ ਨਹੀਂ ਵਧੀਆ ਲੱਗਦਾ, ਇਹਨੂੰ ਲੱਗਦਾ ਵੀ ਕੋਈ ਧਾਮ ਛਾਮ ਦੂਜਾ ਹੀ ਆ। ਅਤੇ ਗੱਲ ਹੈਗੀ ਬਿਗ ਬੌਸ ਦੀ, ਉਹਨੂੰ ਪੁੱਛਿਆ ਕੀਤਾ ਉਹਨਾਂ ਨੇ ਯਾਰ ਆਪ ਲਈ ਕੀਤੀ ਆ, ਮੈਂ ਤੂੰ ਮੈਨੂੰ ਲੱਗਦਾ ਵਾ ਗਲਤ ਵੀ ਹੋ ਸਕਦਾ ਵਾ ਬਾਈ ਯਾਰ। ਹਾਂ ਇਹ ਹੋ ਸਕਦੀ ਚੀਜ਼, ਲੇਕਿਨ ਇੰਨੀ ਛੇਤੀ ਰਿਕਵਰ ਨਹੀਂ ਹੋ ਸਕਦਾ ਆਹ ਚੀਜ਼ ਤੋਂ ਬੰਦਾ। ਅਤੇ ਕੀ ਕਹਿੰਦੇ ਆ ਆਪ, ਅੱਜ ਕੱਲ੍ਹ ਟ੍ਰੈਂਡ ਚੱਲਦਾ ਵਾ ਲੀਕ ਕਰੋ, ਫੇਮਸ ਹੋਵੋ, ਬਿਗ ਬੌਸ ਜਾਓ ਜਾਂ ਆਪਦੇ ਵਿਊ ਵਧਾਓ। ਕੱਲ੍ਹ ਦੀਆਂ ਉਹਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਉਹਨਾਂ ਦੀ ਹਨਾ, ਵੀ ਤੁਸੀਂ ਹਾਂ ਇਨਸਪੈਕਸ਼ਨ ਕਰਨੀ ਆਹ ਚੱਲਦਾ ਨਾ ਕੰਮ। ਅਤੇ ਵੀਡੀਓ ਨੇ ਸਾਹਮਣੇ ਆ ਰਹੀਆਂ ਨੇ ਬਈ ਕਵਾਤਰੇ ਨਾਲ ਉਹਦਾ ਪੌਡਕਾਸਟ ਚੱਲ ਰਿਹਾ ਵਾ, ਅਨਮੋਲ ਕਵਾਤਰਾ। ਅਤੇ ਉਹ ਪੁੱਛ ਰਿਹਾ ਉਹਨੂੰ, ਔਰ ਕੱਲ੍ਹ ਤੱਕ ਮਤਲਬ ਸਿੰਪਤੀ ਵੀ ਆ ਰਹੀ ਬੰਦੇ 'ਤੇ, ਉਹ ਮੰਨ ਰਿਹਾ ਆਪਦੀ ਗਲਤੀ ਵੀ ਹਨਾ, ਹੋ ਜਾਂਦਾ ਬੰਦੇ ਤੋਂ ਗਲਤੀ ਯਾਰ ਕਿਸੇ ਤੋਂ ਵੀ। ਅੱਜ ਕੱਲ੍ਹ ਨਾ ਨੈੱਟ ਬਹੁਤ ਗਲਤ ਚੀਜ਼ ਆ, ਕੱਲ੍ਹ ਨੂੰ ਕਿਸੇ ਦੀ ਵੀ ਵੀਡੀਓ ਆ ਸਕਦੀ ਆ, ਇਨਕਲੂਡ ਅਸ ਹਨਾ। AI ਇੰਨਾ ਕੁ ਜ਼ਿਆਦਾ ਡੇਂਜਰ ਆ ਨਾ, ਤੁਸੀਂ ਅੱਜ ਕੱਲ੍ਹ ਡਿਨਾਈ ਕਰ ਨਹੀਂ ਸਕਦੇ ਵੀ ਉਹ ਤੇਰੀ ਆਪਦੀ ਸ਼ਕਲ ਆ ਜਾਂ ਨਹੀਂ ਭਾਈ ਉਹਦੇ ਨਾਲ ਬਣਾਈ ਆ ਹਨਾ, ਇਹ ਚੀਜ਼ ਆ, ਇੰਨਾ ਡੇਂਜਰ ਆ ਮਤਲਬ ਮਾਹੌਲ। ਲੇਕਿਨ ਜਿਹੜੀ ਵੀਡੀਓ ਤੋਂ ਤੈਨੂੰ ਮੈਨੂੰ ਜਾਂ ਹੋਰਾਂ ਨੂੰ ਸਭ ਨੂੰ ਥੋੜਾ ਜਿਹਾ ਸਬਕ ਸਿੱਖ ਲੈਣਾ ਚਾਹੀਦਾ ਕਿ ਇਹੋ ਜਿਹੀ ਚੀਜ਼ ਬਣਾਓ ਹੀ ਨਾ ਯਾਰ। ਹਾਂ ਫੋਨ ਕੋਲੇ ਰੱਖੋ ਹੀ ਨਾ, ਇਹ ਚੀਜ਼ ਆ, ਨਿਕਲੂਗਾ ਹੀ ਕਦੇ ਨਾ ਕਦੇ ਕੁਛ ਨਾ ਕੁਛ, ਕੀ ਲੋੜ ਆ। ਅਸੀਂ ਰੱਖ ਪਹਿਲਾਂ ਵੀ ਵੀਡੀਓ 'ਚ ਆਪਣੇ ਵਲੌਗ ਦੇ ਵਿੱਚ ਬੋਲਿਆ ਕਿ ਕੁੜੀਆਂ ਜ਼ਿਆਦਾ ਭਲੇਸੇ ਵਿੱਚ ਆਉਂਦੀਆਂ ਨੇ ਆਪਦੇ ਬੋਏਫ੍ਰੈਂਡ ਦੇ ਹਨਾ, ਵੀ ਚੱਲ ਵੀਡੀਓ ਕਾਲ 'ਤੇ ਜਾਂ ਇੱਦਾਂ ਉੱਦਾਂ ਹਨਾ, ਉਹ ਬੰਦਾ ਰਿਕਾਰਡ ਕਰ ਲੈਂਦਾ ਤਾਂ ਫਿਰ ਉਹ ਖਤਮ ਕਹਾਣੀ ਉੱਥੋਂ ਨਿਕਲ ਜਾਂਦੀ ਹੈ। ਬਣਾਉਣੀ ਚਾਹੀਦੀ ਮੁੰਡੇ ਨੂੰ ਵੀ ਤੇ ਕੁੜੀਆਂ ਨੂੰ ਵੀ ਨਹੀਂ। ਨੈੱਟ ਦੇ ਵਿੱਚ ਫੋਨ ਦੇ ਵਿੱਚ ਤੁਹਾਡੀ ਫੋਟੋ ਕੋਈ ਆ ਗਈ, ਨੈਵਰ ਐਵਰ ਉਹ ਡਿਲੀਟ ਨਹੀਂ ਹੁੰਦੀ ਜੀ, ਤੁਹਾਨੂੰ ਮੈਂ ਗਾਰੰਟੀ ਦਿੰਦਾ, ਕਦੇ ਡਿਲੀਟ ਨਹੀਂ ਹੁੰਦੀ ਬਾਈ। ਫੋਟੋ ਚੱਕ ਕੇ ਆਈ ਨਾ ਕੁਛ ਵੀ ਬਣ ਜੂਗਾ, ਸ਼ਕਲ ਕਿਸੇ ਤੇ ਵੀ ਲੱਗ ਜਾਣੀ ਆ, ਉਹ ਡੇਂਜਰ ਆ, ਕੁੜੀਆਂ ਦਾ ਫਿਰ ਵੀਡੀਓ ਬਣਵਾਈ ਜਾਂਦੀਆਂ। ਤੇ ਮੈਂ ਤੁਹਾਨੂੰ ਕੁੱਲੜ ਪੀਜ਼ੇ ਦੀ ਉਹ ਕਰ ਰਿਹਾ ਸੀਗਾ, ਅਨਮੋਲ ਕਵਾਤਰੇ ਨੇ ਲਾਸਟ ਵਿੱਚ ਉੱਥੇ ਉਹਨੇ ਪੁੱਛਿਆ ਵੀ ਤੁਸੀਂ ਬਿਗ ਬੌਸ 'ਚ ਜਾਓਗੇ, ਜਿਹੜਾ ਉਹਦੇ ਫੇਸ ਐਕਸਪ੍ਰੈਸ਼ਨ ਆਇਆ ਮੁੰਡੇ ਦੇ ਜਿਹੜੇ ਉਹਨੇ ਰਿਪਲਾਈ ਕੀਤਾ ਵਾ ਵੀ ਬਿਗ ਬੌਸ 'ਚ ਜਾਣ ਨੂੰ ਜਾਂ ਨਹੀਂ ਜਾਣ ਨੂੰ,
ਉਹ ਤੋਂ ਲੱਗਦਾ ਵੀ ਇਹ ਸਾਰਾ ਡਰਾਮਾ ਹੀ ਹੈ ਮਤਲਬ ਅਗਰ ਉਹ ਕੁਛ ਬਾਕੀ ਸਾਰੀ ਇੰਟਰਵਿਊ ਓਕੇ ਤੁਹਾਨੂੰ ਲੱਗੂਗਾ ਕਿ ਨਹੀਂ ਯਾਰ ਓਕੇ ਫਾਈਨ ਗਲਤੀ ਹੋਈ ਆ ਮੁੰਡੇ ਤੋਂ ਇਹਨੂੰ ਐਕਸਕਿਊਜ਼ ਮਤਲਬ ਉਹ ਮੰਨ ਰਿਹਾ ਵਾ ਵੀ ਇੱਦਾਂ ਨਹੀਂ ਹੋਣਾ ਚਾਹੀਦਾ ਸੀ ਲੇਕਿਨ ਜਦੋਂ ਉਹਨੂੰ ਪੁੱਛਿਆ ਅਨਮੋਲ ਕੁਆਤਰੇ ਨੇ ਵੀ ਤੂੰ ਬਿਗ ਬੋਸ 'ਚ ਵੀ ਕੀ ਪਲਾਨ ਹੈ ਜਾਣ ਦਾ ਉਹ ਤੁਸੀਂ ਪਾਰਟ ਜ਼ਰੂਰ ਦੇਖਿਓ ਮੈਂ ਵਲੌਗ 'ਚ ਵੀ ਇੱਥੇ ਵੀ ਲਾ ਦੂੰ ਮੇਰੇ ਕੋਲ ਮੈਂ ਭੇਜਿਆ ਇਹਨੂੰ ਹੈ ਨਾ ਅਤੇ ਉਹ ਦੇਖਿਓ ਤੁਸੀਂ ਉਹ ਚੀਜ਼ ਉਹ ਤੋਂ ਉਹ ਦੋ ਚਿੱਤਾ ਜਾਂਦਾ ਅਗਰ ਪਹਿਲਾਂ ਆਉਂਦਾ ਆਫਰ ਪਹਿਲਾਂ ਨਹੀਂ ਜਾਣਾ ਸੀਗਾ ਉਹਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਸਾਡਾ ਇਹ ਵੀਡੀਓ ਲੀਕ ਹੋਣ ਤੋਂ ਪਹਿਲਾਂ ਸਾਡੇ ਕੋਲ ਇਹ ਆਫਰ ਆਉਂਦਾ ਬਿੱਗ ਬੋਸ ਦਾ ਤਾਂ ਅਸੀਂ ਜਾਣਾ ਨਹੀਂ ਸੀ ਉਹਦਾ ਮਤਲਬ ਇਹ ਆ ਅਤੇ ਅਗਰ ਹੁਣ ਆਉਂਦਾ ਉਹਨੇ ਕਲੀਅਰ ਨਹੀਂ ਕੀਤਾ ਲੇਕਿਨ ਉਹਦੀ ਲਾਈਨ ਇਹੀ ਬਣਦੀ ਆ ਅਗਰ ਹੁਣ ਆਊਗਾ ਤਾਂ ਪੱਕਾ ਜਾਣਗੇ ਮੈਨੂੰ ਜਿੱਥੇ ਤੱਕ ਲੱਗਦਾ ਇੱਕ ਉਹ ਮੂਸ ਕੁੜੀ ਸੀਗੀ ਉਹ ਆਸਟ੍ਰੇਲੀਆ ਦੀ ਅਤੇ ਜਿਹੜੀ ਬਾਲ ਜੇ ਕੱਟਿਆ ਵਾਲੀ ਉਹਦੀ ਕਿੰਨੀਆਂ ਵੀਡੀਓਜ਼ ਲਿਖੀ ਲੀਕ ਵਗੈਰਾ ਹੋਈਆਂ ਆਪ ਵੀ ਬਹੁਤ ਗੰਦ ਵਗਦੀ ਆ ਉਹ ਸਿੱਧੂ ਨੂੰ ਸਿੱਧੂ ਬਾਈ ਨੂੰ ਵੀ ਬੋਲੀ ਸੀ ਉਹ ਅਤੇ ਉਹ ਕਿੰਨਾ ਗੰਦ ਵਗਦੀ ਆ ਉਹਦੀ ਵੀਡੀਓ ਲੀਕ ਹੋਣ ਤੋਂ ਬਾਅਦ ਉਹਨੂੰ ਮਿਲੀ ਐਂਟਰੀ ਉੱਥੋਂ ਬਾਲੀਵੁੱਡ ਦੇ ਵਿੱਚ ਮਤਲਬ ਉੱਥੋਂ ਦੇ ਬਿੱਗ ਬੋਸ 'ਚ ਆ ਗਈ ਰੋਡੀਜ਼ 'ਚ ਆ ਗਈ ਹੈ ਨਾ ਇਸ ਤਰ੍ਹਾਂ ਕਰਕੇ ਉੱਥੋਂ ਪੰਜਾਬਣਾਂ ਨੂੰ ਲੱਗਿਆ ਵੀ ਇਹ ਇੱਕ ਵਧੀਆ ਵੇ ਆ ਈਜ਼ੀ ਵੇ ਆ ਅੰਦਰ ਐਂਟਰ ਹੋਣ ਦਾ ਬਿੱਗ ਬੋਸ ਦੇ ਵਿੱਚ ਉੱਥੋਂ ਬਿੱਗ ਬੋਸ 'ਚ ਐਂਟਰ ਹੋ ਗਏ ਤਾਂ ਫਿਰ ਤੁਹਾਡੀ ਮਤਲਬ ਲਾਈਫ ਈਜ਼ੀ ਚੱਲਦੀ ਜਾਣੀ ਹੈ ਹੈ ਨਾ ਤੁਹਾਨੂੰ ਜੋ ਸਕਸੈਸ ਆ ਉਹ ਮਿਲ ਜੂਗੀ ਤੁਸੀਂ ਫੇਮ ਤੁਹਾਡਾ ਐਨ ਪੂਰਾ ਟੌਪ 'ਤੇ ਹੋ ਜੂ ਹੈ ਨਾ ਉਦੋਂ ਬਾਅਦ ਦੇ ਵਿੱਚ ਕਾਫੀ ਕੁੜੀਆਂ ਨੇ ਤਾਂ ਕੋਈ ਟਰੱਸਟ ਨਹੀਂ ਕਰਦਾ ਗਾ ਕਈ ਉਹਨਾਂ ਦਾ ਕੋਈ ਟਰੱਸਟ ਨਹੀਂ ਕਰਦਾ ਫਿਰ ਇੱਕੋ ਜਿਹੜੀ ਇੱਕ ਸੂਰਬੀਨ ਖਨੀ ਦੋ ਕੁੜੀਆਂ ਨੇ ਕੈਨੇਡਾ ਦੀਆਂ ਪਤਾ ਨਹੀਂ ਆਸਟ੍ਰੇਲੀਆ ਦੀਆਂ ਜਿਹੜੀਆਂ ਬਿਕਨੀ ਪਾ ਕੇ ਵੀ ਪੋਡਕਾ ਦਾ ਫੇਸਬੁੱਕ 'ਤੇ ਉਹ ਗੰਦ ਜਿਹਾ ਪਾਉਂਦੀਆਂ ਨੇ ਵਾਲਾ ਹੈ ਨਾ ਅਤੇ ਚੱਲ ਉਹਨਾਂ ਦੀ ਲਾਈਫ ਆ ਉਹ ਜਿਵੇਂ ਕਰਦੀਆਂ ਇੰਜੋਏ ਕਰੀ ਜਾਣ ਲੇਕਿਨ ਉਹਨਾਂ ਦਾ ਵੀ ਇਹੀ ਪਰਪਸ ਆ ਕਿ ਜਿੰਨਾ ਅਸੀਂ ਦਿਖਾਵਾਂਗੇ ਇਹ ਕੰਮ ਹੋਇਆ ਸੀ ਯਾਰ ਸ਼ੁਰੂ ਚੱਲਿਆ ਜਦੋਂ ਚੱਲਿਆ ਸੀ ਮੂਸਵਾਲੀ ਤੋਂ ਚੱਲਿਆ ਮੂਸਵਾਲੀ ਤੋਂ ਚੱਲਿਆ ਸੀਗਾ ਠੀਕ ਆ ਵੀ ਨੰਗੀ ਹੋ ਕੇ ਆ ਜਾਓ ਵੀਡੀਓ ਲੀਕ ਹੋ ਗਈ ਜਾਂ ਪਾ ਦਿਓ ਮੈਂ ਫੇਮ ਆ ਗਿਆ ਅਤੇ ਮੈਨੂੰ ਜ਼ਰੂਰ ਕੋਈ ਨਾ ਕੋਈ ਪਿਕਅਪ ਕਰੇਗਾ ਆ ਕੇ ਉਦੋਂ ਗਾਂ ਫਿਰ ਰਾਹ ਖੋਲ ਜਾਂਦੇ ਇਹ ਚੀਜ਼ਾਂ ਮਤਲਬ ਕੁੜੀਆਂ ਨੂੰ ਚੰਗੀਆਂ ਲੱਗਦੀਆਂ ਹੋਣੀਆਂ ਲੇਕਿਨ ਵਧੀਆ ਨਹੀਂ ਹੈਗੀ ਚੀਜ਼ ਯਾਰ ਧੁੱਪੇ ਕਿਉਂ ਖੜੇ ਕੀਤੇ ਬੰਦੇ ਬਾਈ ਏਟੀਐਮ ਆ ਕੁਛ ਇੱਥੇ ਕੁਛ ਕੰਮ ਆਏ ਹੋਣੇ ਆ ਅਤੇ ਉਹ ਜਿੰਮੀ ਆ ਗਈ ਜਿੰਮੀ ਆ ਗਈ ਗੱਲ ਇਹ ਆ ਬਾਈ ਤਾਂ ਇਹ ਤਾਂ ਖੁੱਲੜ ਪੀ ਜਿਹੜੇ ਇਹਨਾਂ ਨੇ ਹੁਣ ਦੋ ਪੁਆਇੰਟ ਇੱਕ ਤਾਂ ਚਲੋ ਬਹੁਤ ਮਾੜੀ ਗੱਲ ਆ ਵੀ ਹੋ ਗਈ ਇਹਨਾਂ ਦੀ ਲੀਕ ਹੋ ਗਈ ਇਹਨਾਂ ਨੂੰ ਵੀ ਨਹੀਂ ਕਰਨੀ ਚਾਹੀਦੀ ਆਪ ਹੀ ਲੀਕ ਕਰਾਈ ਆ ਆਪ ਹੀ ਬਣਾਈ ਆ ਇਹਨੇ ਹੈ ਨਾ ਅਤੇ ਉਹ ਗਲਤੀ ਵੀ ਮੰਨ ਰਿਹਾ ਵਾ ਬਟ ਮੈਨੂੰ ਦੋ ਪੁਆਇੰਟ ਲੱਗਦਾ ਵੀ ਕਦੇ ਜੇ ਲੀਕ ਹੋਈ ਆ ਇੰਨਾ ਹੋ ਗਿਆ ਇੰਨੀ ਛੇਤੀ ਰਿਕਵਰ ਹੋ ਕੇ ਬੰਦਾ ਕੈਮਰੇ ਮੂਹਰੇ ਕਿਵੇਂ ਖੁੱਲ੍ਹ ਕੇ ਕੁਛ ਦੱਸ ਦੂਗਾ ਤਾਂ ਫਿਰ ਲੱਗਦਾ ਵੀ ਇਹਨੇ ਵੀ ਉਹਨਾਂ ਨੂੰ ਜਾਣ ਕੇ ਕਰਾਈ ਆ ਬਿੱਗ ਬੋਸ 'ਚ ਆਪਾਂ ਡਿਨਾਇਨ ਤੋਂ ਸਹੀ ਆ ਏਡਾ ਏਡਾ ਮਤਲਬ ਮਾੜਾ ਟਾਈਮ ਬੰਦੇ ਤੋਂ ਲੰਘਿਆ ਹੋਵੇ ਨਾ ਤਾਂ ਮੀਡੀਆ ਔਰ ਸਾਰਿਆਂ ਨੇ ਪ੍ਰੈਸ਼ਰਾਈਜ਼ ਤੈਨੂੰ ਫੁੱਲ ਕੀਤਾ ਹੋਵੇ ਔਰ ਤੈਨੂੰ ਟ੍ਰੋਲ ਕੀਤਾ ਗਿਆ ਹੋਵੇ ਤੂੰ ਹੈ ਅਤੇ ਤੂੰ ਇੱਡੀ ਛੇਤੀ ਉੱਠ ਕੇ ਇੱਕਦਮ ਬਾਹਰ ਆ ਜਾਏ ਹੈ ਨਾ ਵੀ ਉਹ ਚੀਜ਼ ਬੰਦੇ ਨੂੰ ਇੱਕ ਮਤਲਬ ਇੱਕ ਡਿਪਰੈਸ਼ਨ ਵੀ ਹੁੰਦਾ ਵਾ ਕਿ ਯਾਰ ਮਹੀਨਾ ਖੰਡ ਬੰਦਾ ਕੱਢ ਦਿੰਦਾ ਵਾ ਹੈ ਨਾ ਥੋੜ੍ਹਾ ਟਾਈਮ ਬੰਦਾ ਦੋ ਚਾਰ ਮਹੀਨੇ ਕੱਢ ਦਿੰਦਾ ਵਾ ਨਹੀਂ ਯਾਰ ਵੀ ਆਪਾਂ ਭਾਗਵਾਨ ਨੇ ਹੁਣ ਆਪਣੇ ਨਾਲ ਆਪਾਂ ਤੋਂ ਹੋਈ ਹੈ ਗਲਤੀ ਵੀ ਆਪਾਂ ਦੋ ਚਾਰ ਮਹੀਨੇ ਅੰਦਰ ਰਹੀਏ ਹੈ ਨਾ ਪੈਸਾ ਤਾਂ ਬਹੁਤ ਕਮਾਇਆ ਹੋਣਾ ਹੈ ਨਾ ਸੋਸ਼ਲ ਮੀਡੀਆ ਸਾਰਿਆਂ ਨੂੰ ਪਤਾ ਬਿਜ਼ਨਸ ਵੀ ਅੱਛਾ ਚੱਲਦਾ ਚਲੋ ਬਾਕੀ ਆਪਾਂ ਨੂੰ ਅੱਗੇ ਦੀ ਕਹਾਣੀ ਅੰਦਰ ਲਾ ਉਹਨਾਂ ਦਾ ਨਹੀਂ ਪਤਾ ਉੱਤੋਂ ਹੁਣ ਤਾਂ ਬਾਡੀਗਾਰਡ ਰੱਖਣ ਲੱਗ ਗਏ ਦੱਸ ਹਾਂ ਇੱਕੋ ਤਾਂ ਫਿਰ ਬਾਡੀਗਾਰਡ ਇਹ ਕਿਹੜਾ ਵੀਡੀਓ ਕਿਸੇ ਨੇ ਬਣਾਈ ਸੀ ਪਤੰਦਰਾ ਤੂੰ ਹੀ ਬਣਾਈ ਸੀ ਬਾਡੀਗਾਰਡ ਤੋਂ ਆਪ ਦੇ ਲਈ ਰੱਖ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਕਾਨੂੰਨ ਵਿਚਾਰਾਂ ਦਾ ਅਤੇ ਗਲਤ ਗੱਲ ਆ ਨਹੀਂ ਬਣਾਉਣੀ ਚਾਹੀਦੀ ਸੀ ਚੱਲ ਗਲਤੀ ਤਾਂ ਮੰਨਦਾ ਬੰਦਾ ਉਹ ਇੱਥੇ ਨਹੀਂ ਸੀ ਬਈ ਦੁਬਾਰਾ ਘੁੰਮ ਕੇ ਉੱਧਰ ਦੀ ਆਉਣਾ ਪੈਣਾ ਉਹ ਅੱਗੇ ਵਾਲਾ ਘੱਟ ਆ ਯਾਰ ਆਪਾਂ ਘਰ ਮੈਨੂੰ ਇਹ ਡਾਊਟ ਆ ਵੀ ਇਹਨਾਂ ਨੇ ਜਾਣ ਕੇ ਬਣਾ ਲਈ ਲੱਗਦਾ ਅੱਛਾ ਵੀ ਹੁਣ ਇਹ ਵੀ ਦੱਸ ਦਿਓ ਕਿਹਨੂੰ ਕਿਹਨੂੰ ਲੱਗਦਾ ਵਾ ਬਈ ਉਹਨਾਂ ਨੇ ਮਤਲਬ ਜਾਣ ਕੇ ਵਾਇਰਲ ਹੋਏ ਨੇ ਜਾਣ ਕੇ ਵੀਡੀਓ ਆਪਣੀ ਵਾਇਰਲ ਕੀਤੀ ਆ ਲੀਕ ਆਊਟ ਕੀਤੀ ਆ ਜਾਂ ਮੈਨੂੰ ਇਹ ਲੱਗਦਾ ਵੀ ਚੱਲ ਉਹ ਤੋਂ ਗਲਤੀ ਹੋਈ ਆ ਚੀਜ਼ ਦੀ ਮੈਨੂੰ ਲੱਗਦਾ ਹੋਈ ਆ ਮੈਨੂੰ ਲੱਗਦਾ ਜਿਹੜੀ ਉਹਨੇ ਸਟੋਰੀ ਉਹਨੇ ਕੁਆਤਰਾਂ ਨੂੰ ਦੱਸੀ ਆ ਵੀ ਮੇਰਾ ਫੋਨ ਸੀਗਾ ਪੁਰਾਣਾ ਪਿਆ ਉਹਦੇ ਵਿੱਚ ਬਹੁਤ ਕੁਛ ਸਮਾਨ ਡਾਟਾ ਸੀਗਾ ਮੇਰਾ ਜਿਹਦੇ ਵਿੱਚ ਆ ਵੀਡੀਓ ਵਗੈਰਾ ਵੀ ਸੀਗੀਆਂ ਮੈਂ ਉਹ ਕਾਊਂਟਰ 'ਤੇ ਰੱਖਿਆ ਹੋਇਆ ਸੀ ਅੱਗੇ ਕੁੜੀ ਕੋਲ ਉੱਥੇ ਵੀ ਬੈਲ ਪੇਮੈਂਟ ਪੇਪਾਲ ਜਿਹੜਾ ਆਪਾਂ ਉੱਥੇ ਕਰਦੇ ਹਾਂ ਨਾ ਪੇਮੈਂਟ ਕਰ ਦਿਓ ਗੂਗਲ ਪੇ ਕਰ ਦਿਓ ਉਹ ਕਰ ਦਿਓ ਉਹ ਐਪਲੀਕੇਸ਼ਨ ਡਾਊਨਲੋਡ ਕਰਕੇ ਉੱਥੇ ਰੱਖਿਆ ਹੋਇਆ ਸੀ ਉੱਥੋਂ ਉਹ ਪੈਸੇ ਡਿਟੈਕਟ ਵਗੈਰਾ ਸਾਰਾ ਉਹ ਓਪਰੇਟ ਹੁੰਦਾ ਸੀ ਉੱਥੇ ਕਾਊਂਟਰ 'ਤੇ ਕੁੜੀ ਵੀ ਬਹਿੰਦੀ ਸੀ ਕੋਈ ਉਹਦੇ ਹੱਥ ਲੱਗ ਗਿਆ ਬਈ ਤੂੰ ਮਾਮਾ ਇੰਨਾ ਤੈਨੂੰ ਤੇਰਾ ਡਾਟਾ ਵਾ ਜਾਂ ਕੀਮਤੀ ਤੂੰ ਰੱਖਿਆ ਹੀ ਹੋਣਾ ਤੈਨੂੰ ਪਤਾ ਹੀ ਹੋਊਗਾ ਬਈ ਉਹ ਕੁੜੀ ਨੂੰ ਕੋਈ ਸਜ਼ਾ ਮਿਲੀ ਕੋਈ ਆਈ ਸਾਹਮਣੇ ਕੋਈ ਗੱਲ ਨਹੀਂ ਨਹੀਂ ਹਾਲੇ ਕਿਵੇਂ ਹੋ ਗਈ ਹਾਲੇ ਤਾਂ ਹਾਲੇ ਚੱਲ ਰਿਹਾ ਕੇਸ ਉਹਦਾ ਹਾਲੇ ਇਨਵੈਸਟੀਗੇਸ਼ਨ ਆਨ ਗੋਇੰਗ ਆ
ਪਤਾ ਨਹੀਂ ਲੱਗ ਰਿਹਾ ਹਲੇ ਬਲੈਕਮੇਲਿੰਗ ਦਾ ਜੀ ਉਹ ਸਾਈਡ ਆ ਵੀ ਹੋ ਗਿਆ ਇਹ ਵੀ ਨਾ ਵੀ ਸਮਝੋ ਆਪਾਂ ਨੂੰ ਸਿੰਪਤੀ ਨਹੀਂ ਉਹ ਨਹੀਂ ਜਦੋਂ ਉਹਨਾਂ ਦੀ ਵੀਡੀਓ ਆਈ ਸੀ ਕਿੰਨੀਆਂ ਵੀਡੀਓ ਆਈਆਂ ਆਪਾਂ ਕੋਈ ਵੀਡੀਓ ਨਹੀਂ ਬਣਾਈ ਆਪਾਂ ਇੱਕ ਪੋਸਟਰ ਵੀ ਲਾਇਆ ਤਾਂ ਕਿ ਬੋਲ ਕੇ ਵੀ ਨਾ ਉਹਦਾ ਵੀ ਦੁੱਖ ਸਮਝੋ ਸਾਰੇ ਜਿਨ੍ਹਾਂ ਨੇ ਮਤਲਬ ਤੁਸੀਂ ਪ੍ਰੋਟੈਕਟ ਕਰਦੇ ਕਰਦੇ ਉਹਨਾਂ ਨੂੰ ਉਹਨਾਂ ਦੀ ਸਪਰੈਡ ਕਰਦੇ ਵੀਡੀਓ ਹੁਣ ਮੈਂ ਐਗਜ਼ਾਮਪਲ ਦਿੰਦਾ ਮੈਂ ਤਾਂ ਕੁੱਲੜ ਪੀਜ਼ੇ ਉਹਨਾਂ ਨੂੰ ਫੋਲੋ ਕਰਦਾ ਨੀਗਾ ਐਜ਼ ਐਗਜ਼ਾਮਪਲ ਹੁਣ ਪੋਡਕਾਸਟ ਕਿਹੜਾ ਚੱਲਦਾ ਅਨਮੋਲ ਕੁਆਤਰੇ ਦਾ ਉਹਨੂੰ ਮੈਂ ਫੋਲੋ ਕਰਦਾ ਠੀਕ ਆ ਉਹਨੇ ਵੀਡੀਓ ਜਦੋਂ ਪਾਈ ਵੀ ਉਹਨਾਂ ਦੀ ਭਾਈ ਵੀਡੀਓ ਆ ਗਈ ਤੁਸੀਂ ਦੇਖਿਓ ਨਾ ਮੇਰੇ ਤਾਂ ਆ ਗਈ ਦਿਮਾਗ ਚ ਬਈ ਯਾਰ ਦੇਖਣੀ ਪੈਣੀ ਆ ਬਈ ਯਾਰ ਇਹੋ ਕਿਵੇਂ ਆ ਗਈ ਇਹ ਤਾਂ ਫੇਮਸ ਕਪਲ ਆ ਹਨਾ ਇਹ ਤਾਂ ਲੋਕਾਂ ਨੇ ਜਿਹੜੇ ਆਹ ਬਲੌਗਰ ਬਣਦੇ ਆ ਨਾ ਬਈ ਤੁਹਾਨੂੰ ਰੱਬ ਦਾ ਬਾਖਤਾ ਸਾਰਿਆਂ ਨੇ ਧੀਆਂ ਭੈਣ ਤੁਸੀਂ ਭਾਈ ਪਾਓ ਹੀ ਨਾ ਹਾਂ ਪਾਓ ਹੀ ਨਾ ਗੱਲ ਹੀ ਨਾ ਕਰੋ ਤੁਹਾਨੂੰ ਪਤਾ ਲੱਗ ਗਿਆ ਆ ਗਈ ਚੁੱਪ ਹੋ ਜਾਓ ਗੱਲ ਖਤਮ ਸਾਡੀ ਕੋਈ ਇੱਕ ਵੀਡੀਓ ਦਿਖਾ ਦਿਓ ਆਹ ਆਹ ਦੋ ਦੋ ਵਾਰੀ ਅਸੀਂ ਡਿਸਕਸ਼ਨ ਕੀਤੀ ਆ ਜਦੋਂ ਸਾਨੂੰ ਲੱਗਿਆ ਬਈ ਵੀ ਨਹੀਂ ਵੀ ਇਹ ਡਰਾਮਾ ਸਾਰਾ ਲੱਗਦਾ ਖਤਮ ਹੋ ਗਈ ਆ ਹਾਂ ਤੁਸੀਂ ਕਿਸੇ ਨੂੰ ਦੱਸਿਓ ਨਾ ਕੋਈ ਸ਼ੇਅਰ ਨਾ ਕਰੋ ਲਿੰਕ ਆਏ ਨਾ ਕਰੋ ਲੁਕੋ ਦੋ ਕਿਸੇ ਦੀ ਜ਼ਿੰਦਗੀ ਆ ਸਾਡੇ ਤੁਹਾਨੂੰ ਫੋਲੋ ਕਰਦੇ ਲੱਖ ਲੱਖ ਮਿਲੀਅਨ ਮਿਲੀਅਨ ਬੰਦਾ ਤੁਸੀਂ ਬੋਲ ਰਹੇ ਹੋ ਮੂਹਰੇ ਜਿਤਾਓ ਕੇ ਅਸੀਂ ਤੁਹਾਡੇ ਸਪੋਰਟ ਚ ਉਤਰੇ ਆ ਠੀਕ ਆ ਸਪੋਰਟ ਚ ਉਤਰਦੇ ਉਤਰ ਦੇ ਖਨੀ ਕਿੰਨਿਆਂ ਨੇ ਲੋਕਾਂ ਨੇ ਫਾਇਦੇ ਲਏ ਉਹਨਾਂ ਦੇ ਤੇ ਉਹਨਾਂ ਨੂੰ ਬਦਨਾਮ ਹੋਰ ਕਰਤਾ ਤੇ ਸਾਡਾ ਸਟੇਸ਼ਨ ਆ ਗਿਆ ਅਸੀਂ ਉਤਰਦੇ ਹਾਂ ਥੋੜ੍ਹਾ ਕੰਮ ਜਿਹਾ ਸਾਨੂੰ ਅਤੇ ਫਿਰ ਮਿਲਦੇ ਹਾਂ ਆਪਾਂ ਕਾਰੀਅਰ ਨੂੰ ਕਰਾਂਗੇ ਅੱਜ ਦਾ ਵਲੌਗ ਥੋੜ੍ਹਾ ਲੰਬਾ ਵੀ ਜਾਊ ਕਿਉਂਕਿ ਵਰਲਡ ਕੱਪ ਵੀ ਆ ਘਰ ਵੀ ਰਹਿਣਾ ਛੁੱਟੀ ਵੀ ਆ ਅਤੇ ਬੋਤਲ ਵੀ ਮਹਿੰਗੀ ਲਿਆ ਕੇ ਰੱਖੀ ਵੀ ਆ ਠੀਕ ਆ ਜੇ ਬਾਹਰ ਨਾ ਮਿਲਿਆ ਫਿਰ ਘਰੇ ਮਾਹੌਲ ਬਣਾ ਲਾ ਹਾਂ ਜੇ ਬਾਹਰ ਨਾ ਮਿਲਿਆ ਫਿਰ ਘਰੇ ਮਾਹੌਲ ਬਣੂਗਾ ਅਤੇ ਦੇਖਦੇ ਹਾਂ ਬਾਈ ਉੱਥੇ ਹੀ ਸੀਗਾ ਯਾਰ ਆਪਾਂ ਬਾਬਾ ਹਾਂ ਬਾਈ ਤੂੰ ਪੈਗ ਕਿਉਂ ਲਾ ਰਿਹਾ ਉਹ ਅੱਜ ਮਤਲਬ ਅੱਜ ਆਪਣਾ ਇੰਡੀਆ ਮੈਚ ਹਾਰ ਗਿਆ ਫਾਈਨਲ ਸਾਨੂੰ ਥੋੜ੍ਹਾ ਜਿਹਾ ਦੁੱਖ ਨਹੀਂ ਥੋੜ੍ਹਾ ਨਹੀਂ ਦੁੱਖ ਦੀ ਗੱਲ ਨਹੀਂ ਐਪਰੀਸ਼ੀਏਟ ਕਰਦੇ ਹਾਂ ਆਪਾਂ ਟੀਮ ਨੂੰ ਜਿਨ੍ਹਾਂ ਨੇ ਬਹੁਤ ਸੋਹਣਾ ਪਰਫਾਰਮ ਕੀਤਾ ਸਾਰੇ ਯਾਰ ਇੰਡੀਆ ਪੂਰੇ ਵਰਲਡ ਕੱਪ ਦੇ ਵਿੱਚ ਕਿਆ ਖੇਡੀ ਟੀਮ ਇੰਡੀਆ ਜ਼ਬਰਦਸਤ ਕਿੰਨਾ ਘੈਂਟ ਖੇਡੀ ਉਹਦੇ ਮੁਕਾਬਲੇ ਦੀ ਕੋਈ ਟੀਮ ਨਹੀਂ ਸੀ ਯਾਰ ਆਪਣੀ ਮੰਮੀ ਮਤਲਬ ਘਰ ਦੇ ਕਹਿੰਦੇ ਹੁੰਦੇ ਸੀਗੇ ਬਈ ਜਦੋਂ ਕ੍ਰਿਕਟ ਦਾ ਮੈਚ ਹਾਰ ਕੇ ਆਉਂਦੇ ਸੀ ਘਰੇ ਆਪਾਂ ਹਨਾ ਉਹਨਾਂ ਟਾਈਮਾਂ ਚ ਤੇ ਮੰਮੀ ਕਹਿਣਾ ਚੱਲ ਕੋਈ ਨਾ ਪੁੱਤ ਜਿੱਥੇ ਦੋ ਖੜੇ ਉੱਥੇ ਇੱਕ ਨੇ ਢਹਿਣਾ ਇੱਕ ਨੇ ਰਹਿਣਾ ਹਨਾ ਉਹ ਹਿਸਾਬ ਆ ਵੀ ਅੱਜ ਦਿਨ ਨਹੀਂ ਸੀਗਾ ਜਿੱਥੇ ਦੋ ਟੀਮਾਂ ਖੜੀਆਂ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਹੀ ਜਿੱਤੋ ਕਦੇ ਕਦੇ ਹਾਰ ਦਾ ਸਾਹਮਣਾ ਵੀ ਹਾਰ ਦਾ ਦਿਨ ਸੀ ਉਹ ਵੀ ਮੈਂ ਤਾਂ ਦੱਸ ਦਿੰਦਾ ਕਿਉਂ ਸੀ ਹਾਰ ਦਾ ਯਾਰ ਪਨੌਤੀ ਮੈਚ ਦੇਖਣ ਗਿਆ ਸੀ ਨਹੀਂ ਯਾਰ ਕੋਈ ਗੱਲ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆ ਤੇ ਇਹ ਬਲੌਗ ਦੇ ਵਿੱਚ ਆਪਾਂ ਖੁੱਲੜ ਪੀਜੇ ਬਾਰੇ ਜਿਹੜੇ ਹੈਗਾ ਟੌਪਿਕ ਜਿਹਨਾਂ ਹੁਣ ਪੋਡਕਾਸਟ ਕੀਤੀ ਆ ਕੁਆਤਰਾ ਨਾਲ ਉਹਦੇ ਬਾਰੇ ਅੱਗੇ ਪਿੱਛੇ ਤੁਹਾਡੇ ਕੋਲ ਹੋਰ ਵੀਡੀਓ ਵੀ ਆ ਗਈਆਂ ਤੁਸੀਂ ਭੈਣ ਭਾਈ ਸਮਝ ਕੇ ਸਾਨੂੰ ਮਾਫ ਕਰ ਦੋਗੇ ਚੱਲ ਕੋਈ ਗੱਲ ਨੀ ਯਾਰ ਚੱਲ ਵਧੀਆ ਗੱਲ ਆ ਉਹਨਾਂ ਨੇ ਕੋਈ ਸੁਸਾਈਡ ਵੱਲ ਨੂੰ ਕੰਮ ਨੀ ਚੱਕਿਆ ਅਗਰ ਉਹ ਓਰੀਜਨਲ ਨੇ ਇਹਦਾ ਮੰਨਣਾ ਵੀ ਉਹ
ਡੁਪਲੀਕੇਟ ਆ ਕੰਮ ਉਹਨਾਂ ਨੇ ਜਾਣ ਬੁੱਝ ਕੀਤਾ ਫੇਮ ਲੈਣ ਲਈ ਹਨਾ। ਮੈਂ ਕਹਿੰਦਾ ਵੀ ਹੋ ਗਿਆ ਗਲਤੀ, ਬਾਕੀ ਹੁਣ ਤੁਸੀਂ ਕਮੈਂਟ ਕਰਕੇ ਇੱਕ ਅੱਧਾ ਕਮੈਂਟ ਕਰਕੇ ਜੇ ਦੱਸਣਾ ਤੁਹਾਨੂੰ ਦੱਸ ਸਕਦੇ ਹੋ, ਬਾਕੀ ਆਪਾਂ ਕਰੀਏ ਬਾਬਾ। ਬਾਏ ਬਾਏ, ਨੈਕਸਟ ਵਲੌਗ ਚ ਮਿਲਦੇ ਜਲਦੀ।